ਤੌਰ 'ਤੇ ਪਿੱਛੇ ਜਿਹੜਾ ਕਾਰਨ ਸਾਹਮਣੇ ਆਇਆ ਹੈ ਉਹ ਇਹ ਆਇਆ ਹੈ ਕਿ ਮ੍ਰਿਤਕ ਜਿਹੜਾ ਹੈ ਕਾਫੀ 20-22 ਸਾਲ ਤੋਂ ਬਿਮਾਰੀ ਨਾਲ ਪੀੜਿਤ ਸੀ। ਉਸਨੂੰ ਅਲੱਗ ਅਲੱਗ ਬਿਮਾਰੀਆਂ ਸੀਗੀਆਂ। ਉਹ ਪਰਿਵਾਰ ਦੇ ਉੱਤੇ ਬੋਝ ਬਣ ਚੁੱਕਿਆ ਸੀ। ਲਾਇਬਿਲਟੀ ਸੀਗੀ ਅਤੇ ਨਰਿੰਦਰ ਕੌਰ ਉਸਦੀ ਇਸ ਬਿਮਾਰੀ ਤੋਂ ਅੱਕ ਚੁੱਕੀ ਸੀ, ਥੱਕ ਚੁੱਕੀ ਸੀ ਅਤੇ ਫਰਸਟ੍ਰੇਟ ਹੋ ਚੁੱਕੀ ਸੀਗੀ। ਇਸ ਤੋਂ ਇਲਾਵਾ ਘਰ ਦੇ ਵਿੱਚ ਗਰੀਬੀ ਸੀਗੀ ਔਰ ਇਸਦੀ ਜਿਹੜੀ ਹੈ ਇੰਸ਼ੋਰੈਂਸ ਪੋਲਿਸੀ ਵੀ ਇਹਨੇ ਕਰਵਾਈ ਹੋਈ ਸੀਗੀ ਔਰ ਉਸਦੇ ਮਰਨ ਤੋਂ ਬਾਅਦ ਇਹਦੀ ਇੰਸ਼ੋਰੈਂਸ ਪੋਲਿਸੀ ਦਾ ਬੈਨੀਫਿਟ ਜਿਹੜਾ ਫਾਈਨੈਂਸ਼ੀਅਲ ਬੈਨੀਫਿਟ ਹੈ ਉਹ ਵੀ ਨਰਿੰਦਰ ਕੌਰ ਨੂੰ ਮਿਲਣਾ ਸੀਗਾ ਔਰ ਇਸੇ ਮੋਟੋ ਦੇ ਨਾਲ ਉਸਨੇ ਇਹ ਆਪਣੇ ਪਤੀ ਨੂੰ ਜਿਹੜਾ ਕਤਲ ਕੀਤਾ। ਜੀ 5 ਤਰੀਕ ਨੂੰ ਇਸੇ ਮਹੀਨੇ ਦੀ 5-5-22 ਨੂੰ ਇੱਕ ਅਰਲੀ ਮੋਰਨਿੰਗ ਕੰਪਲੇਂਟ ਆਈ ਸੀ ਵੀ ਇੱਕ ਮਨਜੀਤ ਸਿੰਘ ਨਾਮ ਦੇ ਵਿਅਕਤੀ ਦਾ ਜਿਹੜਾ ਇੱਥੇ ਤੇਜ਼ ਤਾਰ ਹਥਿਆਰਾਂ ਨਾਲ ਕਤਲ ਕਰਕੇ ਸੁੱਟ ਦਿੱਤਾ ਗਿਆ ਔਰ ਮੌਕੇ 'ਤੇ ਅਸੀਂ ਗਏ ਸੀਗੇ। ਉਸ ਤੋਂ ਬਾਅਦ ਅਸੀਂ ਸਾਰਾ ਮਾਮਲਾ ਜਿਹੜਾ ਮਾਨਯੋਗ SSP ਸਾਹਿਬ ਦੇ ਧਿਆਨ 'ਚ ਦਿੰਦਾ, ਉਹਨਾਂ ਨੇ ਸਾਨੂੰ ਜਿਹੜੀਆਂ ਗਾਈਡੈਂਸ ਦਿੱਤੀਆਂ, ਉਸ ਤੋਂ ਬਾਅਦ SPD ਸਾਹਿਬ ਨੂੰ ਜਿਹੜੀਆਂ ਗਾਈਡੈਂਸ ਦਿੱਤੀਆਂ ਉਹਦੇ ਉੱਤੇ ਵਰਕ ਕਰਦੇ ਹੋਏ ਅਸੀਂ ਤਕਨੀਕੀ ਤੌਰ 'ਤੇ ਇਸ ਮਸਲੇ ਨੂੰ ਹੱਲ ਕਰਦਿਆਂ ਕਰਦਿਆਂ ਅਸੀਂ ਨਤੀਜੇ 'ਤੇ ਪਹੁੰਚੇ ਕਿ ਜਿਹੜੀ ਮ੍ਰਿਤਕ ਦੀ ਪਤਨੀ ਨਰਿੰਦਰ ਕੌਰ ਸੀ ਉਹ ਵੀ ਉਸ ਵੇਲੇ ਵਾਰਦਾਤ ਦੇ ਵੇਲੇ ਉਹਦੇ ਨਾਲ ਸੀਗੀ ਔਰ ਸਾਨੂੰ ਉਸ ਤੋਂ ਗੱਲ ਇਹ ਸਾਰੀ ਸਥਿਤੀ ਕਲੀਅਰ ਹੋਈ ਵੀ ਇਹਦੀ ਪਤਨੀ ਨੇ ਹੀ ਮਨਜੀਤ ਸਿੰਘ ਦਾ ਕਤਲ ਜਿਹੜਾ ਕੀਤਾ ਸੀਗਾ ਔਰ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਉਸ ਵੱਲੋਂ ਉਸਦੀ ਨਿਸ਼ਾਨਦੇਹੀ ਦੇ ਉੱਤੇ ਵਾਰਦਾਤ ਵਿੱਚ ਵਰਤਿਆ ਹੋਇਆ ਹਥਿਆਰ ਔਰ ਉਹ ਮੋਬਾਈਲ ਫੋਨ ਜਿਹੜਾ ਮ੍ਰਿਤਕ ਦਾ ਸੀਗਾ ਜਿਹੜਾ ਉਸਦੇ ਕਹਿਣ ਮੁਤਾਬਕ ਕਿ ਲੁਟੇਰੇ ਜਿਹੜੇ ਆ ਖੋਹ ਕੇ ਲੈ ਗਏ ਸੀ ਉਹ ਖੂਨ ਨਾਲ ਲਿਪੜਿਆ ਹੋਇਆ ਜਿਹੜਾ ਮੋਬਾਈਲ ਫੋਨ ਵੀ ਉਹਦੇ ਕੋਲੋਂ ਅਸੀਂ ਬਰਾਮਦ ਕਰ ਲਿਆ ਅਤੇ ਸਥਿਤੀ ਸਾਰੀ ਕਲੀਅਰ ਹੋਣ ਤੋਂ ਬਾਅਦ ਉਸਨੂੰ ਅਸੀਂ ਅਰੈਸਟ ਕਰ। ਸਰ ਕੀ ਕਾਰਨ ਸੀ ਇਹ ਕਤਲ ਕਰਨ ਦਾ, ਕੀ ਮਿਲੀ ਕੋਈ ਭੁਗਤ ਸੀਗੀ? ਇਸ ਕਤਲ ਦੇ ਪਿੱਛੇ ਜਿਹੜਾ ਕਾਰਨ ਸਾਹਮਣੇ ਆਇਆ ਹੈ ਉਹ ਇਹ ਆਇਆ ਹੈ ਕਿ ਮ੍ਰਿਤਕ ਜਿਹੜਾ ਹੈ ਕਾਫੀ 20-22 ਸਾਲ ਤੋਂ ਬਿਮਾਰੀ ਨਾਲ ਪੀੜਿਤ ਸੀ। ਉਸਨੂੰ ਅਲੱਗ ਅਲੱਗ ਬਿਮਾਰੀਆਂ ਸੀਗੀਆਂ। ਉਹ ਪਰਿਵਾਰ ਦੇ ਉੱਤੇ ਬੋਝ ਬਣ ਚੁੱਕਿਆ ਸੀਗਾ। ਲਾਇਬਿਲਟੀ ਸੀਗੀ ਅਤੇ ਨਰਿੰਦਰ ਕੌਰ ਉਸਦੀ ਇਸ ਬਿਮਾਰੀ ਤੋਂ ਅੱਕ ਚੁੱਕੀ ਸੀ, ਥੱਕ ਚੁੱਕੀ ਸੀ ਅਤੇ ਫਰਸਟ੍ਰੇਟ ਹੋ ਚੁੱਕੀ ਸੀਗੀ। ਇਸ ਤੋਂ ਇਲਾਵਾ ਘਰ ਦੇ ਵਿੱਚ ਗਰੀਬੀ ਸੀਗੀ ਔਰ ਇਸਦੀ ਜਿਹੜੀ ਹੈ ਇੰਸ਼ੋਰੈਂਸ ਪੋਲਿਸੀ ਵੀ ਇਹਨੇ ਕਰਵਾਈ ਹੋਈ ਸੀਗੀ ਔਰ ਉਸਦੇ ਮਰਨ ਤੋਂ ਬਾਅਦ ਇਹਦੀ ਇੰਸ਼ੋਰੈਂਸ ਪੋਲਿਸੀ ਦਾ ਬੈਨੀਫਿਟ ਜਿਹੜਾ ਫਾਈਨੈਂਸ਼ੀਅਲ ਬੈਨੀਫਿਟ ਹੈ ਉਹ ਵੀ ਨਰਿੰਦਰ ਕੌਰ ਨੂੰ ਮਿਲਣਾ ਸੀਗਾ ਔਰ ਇਸੇ ਮੋਟੋ ਦੇ ਨਾਲ ਉਸਨੇ ਇਹ ਆਪਣੇ ਪਤੀ ਨੂੰ ਜਿਹੜਾ ਕਤਲ ਕੀਤਾ ਸੀ। ਸਵਖਤੇ ਹੋਸਪਿਟਲ ਜਾਣ ਦੇ ਕਾਰਨ ਇਹੀ ਸੀਗਾ, ਕੀ ਕਾਰਨ ਸੀ ਜਿਹੜਾ ਸਵਖਤੇ ਉਦੋਂ? ਵੈਸੇ ਜਿਹੜਾ ਬਿਆਸਤਾ ਹੋਸਪਿਟਲ ਹੈ ਉੱਥੇ ਅਰਲੀ ਮੋਰਨਿੰਗ ਹੀ ਮਰੀਜ਼ ਜਿਹੜੇ ਪਹੁੰਚਣੇ ਸ਼ੁਰੂ ਹੋ ਜਾਂਦੇ ਨੇ ਔਰ ਇਹਦੇ ਕਹਿਣ ਮੁਤਾਬਕ ਇਹ ਅਰਲੀ ਮੋਰਨਿੰਗ ਜਿਹੜੀ ਆ ਉੱਥੇ ਦਵਾਈ ਲੈਣ ਵਾਸਤੇ ਬਿਆਸ ਹੋਸਪਿਟਲ ਗਏ ਸੀ ਔਰ ਰਸਤੇ 'ਚ ਉਹਨਾਂ ਨੇ ਜਿਹੜਾ ਘਰ ਦਾ ਕੂੜਾ ਸੁੱਟਣ ਦੇ ਬਹਾਨੇ ਮੋਟਰਸਾਈਕਲ ਖੜ੍ਹਾ ਕੀਤਾ ਸੀਗਾ ਔਰ ਕੂੜਾ ਜਿਹੜਾ ਸੁੱਟਣ ਦੇ ਬਹਾਨੇ ਜਦੋਂ ਬੈਠੀ ਮੋਟਰਸਾਈਕਲ 'ਤੇ ਅਤੇ ਉਹਦੇ ਸਿਰ ਦੇ ਵਿੱਚ ਉਸਨੇ ਵਾਰ ਕੀਤਾ ਜਿਸ ਨੂੰ ਉਹ ਨਹੀਂ ਸਹਾਰ ਸਕਿਆ। ਉਸ ਤੋਂ ਬਾਅਦ ਇਹਨੇ ਹੋਰ ਕਈ ਵਾਰ ਉਹਦੇ ਸਿਰ ਦੇ ਵਿੱਚ ਕੀਤੇ ਅਤੇ ਮਲਟੀਪਲ ਇੰਜਰੀ ਦੇ ਕਾਰਨ ਉਹਦੀ ਮੌਕੇ 'ਤੇ ਹੀ ਡੈਥ ਹੋ ਗਈ। ਉਹ ਜਿਹੜਾ ਕੂੜੇ ਦਾ ਲਿਫਾਫਾ ਇਹਨੇ ਮੌਕੇ 'ਤੇ ਸੁੱਟਿਆ ਸੀਗਾ ਉਹ ਕੂੜੇ ਦਾ ਲਿਫਾਫਾ ਅਸੀਂ ਬਰਾਮਦ ਕੀਤਾ। ਉਸਦੇ ਵਿੱਚ ਜੋ ਰਸੋਈ ਦਾ ਕੂੜਾ ਸੀਗਾ ਉਹ ਉਸਦੇ ਘਰ ਦੇ ਵਿੱਚ ਇੱਕ ਰਾਤ ਪਹਿਲਾਂ ਜਿਹੜੀਆਂ ਸਬਜ਼ੀਆਂ ਬਣੀਆਂ ਸੀਗੀਆਂ ਉਸੇ ਦਾ ਕੂੜਾ ਸੀਗਾ, ਜਿੱਥੋਂ ਸਾਡੀ ਗੱਲ ਤੁਰਦੀ ਤੁਰਦੀ ਅਸਲੀਅਤ ਦੇ ਵਿੱਚ ਅਸੀਂ ਦੋਸ਼ੀ ਤੱਕ ਜਿਹੜੇ ਪਹੁੰਚ ਗਏ ਔਰ ਦੋਸ਼ੀ ਨੂੰ ਅਸੀਂ ਗ੍ਰਿਫਤਾਰ ਕਰ। ਕੀ ਕਾਰਵਾਈ ਕੀਤੀ ਗਈ ਜੀ ਇਹਦੇ ਉੱਤੇ? ਅਸੀਂ ਮੁਕੱਦਮਾ ਨੰਬਰ 42